ਨੀਦਰਲੈਂਡ ਸਟੱਡੀ ਵੀਜ਼ਾ ਵਾਸਤੇ ਕਿੰਨੇ ਫੰਡ ਸ਼ੋਅ ਕਰਨੇ ਪੈਂਦੇ ਆ ਸੋਰਸ ਆਫ ਫੰਡਸ ਕੀ ਹੁੰਦੀ ਐ ਵੇ ਕੀ ਐ ਫੰਡ ਸ਼ੋਅ ਕਰਨ ਦਾ ਕਿੱਦਾਂ ਕਿੱਦਾਂ ਆਪਾਂ ਫੰਡ ਸ਼ੋਅ ਕਰ ਸਕਦੇ ਆ ਬਹੁਤ ਸਾਰੀਆਂ ਤੁਹਾਡੇ ਕੁਐਰੀਸ ਆ ਰਹੀਆਂ ਸੀ ਸੋਰਸ ਆਫ ਫੰਡਸ ਨੂੰ ਲੈ ਕੇ ਸੋ ਅੱਜ ਦਾ ਟੌਪਿਕ ਇਹੀ ਐ ਸੋਰਸ ਆਫ ਫੰਡਸ ਕੀ ਹੁੰਦਾ ਐ ਤੇ ਕਿੰਨੇ ਫੰਡ ਸ਼ੋਅ ਕਰਨੇ ਪੈਂਦੇ ਆ ਨੀਦਰਲੈਂਡ ਸਟੱਡੀ ਵੀਜ਼ਾ ਲਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪ੍ਰਵਿੰਦਰ ਜਿੰਮਾ ਤੁਸੀਂ ਵੇਖ ਰਹੇ ਹੋ ਵਲੌਗਸ ਵਿਦ ਪ੍ਰਿੰਸ ਜਿੰਮਾ ਜਿੱਦਾਂ ਮੈਂ ਆਲਰੇਡੀ ਤੁਹਾਨੂੰ ਦੱਸਿਆ ਲਾਸਟ ਵੀਡੀਓ ਨੀਦਰਲੈਂਡ ਸਟੱਡੀ ਵੀਜ਼ਾ ਦੀ ਬਣਾਏ ਸੀ ਨੀਦਰਲੈਂਡ ਸ਼ੈਨਗਨ ਯੂਰੋਪੀਅਨ ਕੰਟਰੀ ਹੈ ਇਹ ਗੱਲ ਤੁਹਾਨੂੰ ਸਭ ਨੂੰ ਕਲੀਅਰ ਹੋ ਚੁੱਕੀ ਹੈ ਸੋਰਸ ਆਫ ਫੰਡਸ ਨੂੰ ਲੈ ਕੇ ਕੁਐਰੀਜ਼ ਆ ਰਹੀ ਸੀ ਸੋਰਸ ਆਫ ਫੰਡਸ ਮੈਂ ਟਾਈਟਲ ਪਾਇਆ ਸੀ ਵਿਦਾਊਟ ਸੋਰਸ ਆਫ ਫੰਡਸ ਸੋਰਸ ਆਫ ਫੰਡਸ ਕੀ ਹੁੰਦਾ ਹੈ ਉਹਦੀ ਗੱਲ ਆਪਾਂ ਕਰਾਂਗੇ ਉਮੀਦ ਹੈ ਤੁਹਾਨੂੰ ਜਿਹੜਾ ਪਹਿਲਾਂ ਪੁਰਾਣਾ ਪ੍ਰੋਸੈਸ ਸਮਝਾਇਆ ਸੀਗਾ ਸਟੱਡੀ ਵੀਜ਼ਾ ਸਾਰਾ ਕਲੀਅਰ ਹੋ ਗਿਆ ਹੋਊਗਾ ਇੱਕ ਵਾਰ ਮੋਟਾ-ਮੋਟਾ ਪ੍ਰੋਸੈਸ ਦੁਆਰਾ ਦੱਸ ਦਿੰਨਾ ਆ ਦੁਆ ਪਹਿਲਾਂ ਆਫਰ ਲੈਟਰ ਅਪਲਾਈ ਹੁੰਦੀ ਹੈ ਸ ਯੂਨੀਵਰਸਿਟੀ ਤੋਂ ਆਫਰ ਲੈਟਰ ਆ ਜਾਂਦੀ ਹੈ ਤੁਹਾਡੀ ਟਿਊਸ਼ਨ ਫੀ ਜਾਂਦੀ ਹੈ ਫਿਰ ਜਾ ਕੇ ਆਉਂਦਾ ਹੈ ਫੰਡਿੰਗ ਦਾ ਪ੍ਰੋਸੈਸ ਜਿਹਦਾ ਹਰ ਕੰਟਰੀ ਦੇ ਵਿੱਚ ਸੇਮ ਹੀ ਆ ਪਹਿਲਾਂ ਆਫਰ ਲੈਟਰ ਆਂਦੀ ਹੈ ਉਸ ਤੋਂ ਬਾਅਦ ਤੁਹਾਡੀ ਟਿਊਸ਼ਨ ਫੀ ਜਾਂਦੀ ਹੈ ਟਿਊਸ਼ਨ ਫੀ ਜਾਂਨ ਤੋਂ ਬਾਅਦ ਫੰਡ ਸ਼ੋ ਹੁੰਦੇ ਆ ਫੰਡ ਕਿੱਦਾਂ ਸ਼ੋ ਕਰ ਸਕਦੇ ਆ ਨੀਦਰਲੈਂਡ ਸਟਡੀ ਵੀਜ਼ਾ ਸ਼ੇਨਗਨ ਵੀਜ਼ਾ ਲੈਣ ਦੇ ਲਈ ਸੋਰਸ ਆਫ ਫੰਡਸ ਕੀ ਹੁੰਦਾ ਹੈ ਮੈਂ ਤੁਹਾਨੂੰ ਕਲੀਅਰਲੀ ਚ ਜਾ ਬਾਰੇ ਸਮਝਾ ਦਿੰਦਾ ਆ ਸੋਰਸ ਆਫ ਫੰਡਸ ਕੀ ਹੁੰਦੇ ਆ ਆਪਾਂ ਮੰਨ ਲਓ ਆਪਣੇ ਅਕਾਊਂਟ ਦੇ ਵਿੱਚ 20 ਲੱਖ ਰੁਪਏ ਸ਼ੋ ਕਰ ਰਹੇ ਆ ਮੈਂ ਆਪਣਾ ਫਾਈਲ ਲਗਾ ਰਿਹਾ ਆ ਕਿਸੇ ਵੀ ਕੰਟਰੀ ਲਗਾ ਲਓ ਐਗਜ਼ਾਮਪਲ ਲਗਾ ਲਓ ਮੈਂ ਫਰਾਂਸ ਦੀ ਆਪਣੀ ਫਾਈਲ ਲਗਾ ਰਿਹਾ ਹਾਂ ਚਲੋ ਨੀਦਰਲੈਂਡ ਦੀ ਮੈਂ ਸਟੱਡੀ ਵੀਜ਼ਾ ਦੀ ਆਪਣੀ ਫਾਈਲ ਲਗਾ ਰਿਹਾ ਹਾਂ ਉਹਨਾਂ ਦੀ ਰਿਕੁਆਇਰਮੈਂਟ ਹੈ 933 ਯੂਰੋ ਸਾਨੂੰ 1 ਮਹੀਨੇ ਦੇ ਸ਼ੋਅ ਕਰੋ 933 ਯੂਰੋ ਨੂੰ ਆਪਾਂ 12 ਨਾਲ ਮਲਟੀਪਲਾਈ ਕਰਨੀ ਹੈ ਕਿਉਂਕਿ 12 ਮਹੀਨਿਆਂ ਦੇ ਫੰਡ ਮੰਗਦੇ ਆ ਕਿ ਕੋਲ ਮਿਨੀਮਮ 12 ਮਹੀਨੇ ਯਾਨੀ ਕਿ 1 ਸਾਲ ਦੇ ਫੰਡ ਹੋਣੇ ਚਾਹੀਦੇ ਆ ਹੁਣ ਜੇ ਆਪਾਂ ਇਹਨੂੰ ਮਲਟੀਪਲਾਈ ਕਰਦੇ ਆ ਤਾਂ ਕੋਈ ਜ਼ਿਆਦਾ ਫੰਡ ਨਹੀਂ ਮੰਗਦੇ 11 12 13000 ਯੂਰੋ ਬਣਦੇ ਆ ਉਹਨੂੰ ਆਪਾਂ 85 ਨਾਲ ਕਰਦੇ ਆ ਤਾਂ 9-10 ਲੱਖ ਰੁਪਏ ਦੇ ਕਰੀਬ ਤੁਹਾਡੇ ਜਿਹੜੇ ਫੰਡ ਬਣ ਜਾਂਦੇ ਆ ਸਾਲ ਦੇ ਤੇ ਇਹ 9-10 ਲੱਖ ਰੁਪਏ ਇੱਕ ਸਾਲ ਦਾ ਆਪਣੇ ਅਕਾਊਂਟ ਦੇ ਵਿੱਚ ਰੱਖਣਾ ਕੋਈ ਵੱਡੀ ਗੱਲ ਨਹੀਂ ਆਪਾਂ ਕਿਤੋਂ ਵੀ ਆਪਣੇ ਰਿਸ਼ਤੇਦਾਰ ਤੋਂ ਚਾਚੇ ਤਾਏ ਭੈਣ ਭਰਾ ਤੋਂ ਫੜ ਕੇ ਆਪਣੇ ਅਕਾਊਂਟ ਦੇ ਵਿੱਚ ਪਵਾ ਸਕਦੇ ਆ ਪਰ ਸੋਰਸ ਆਫ ਫੰਡਸ ਕੀ ਹੁੰਦਾ ਆ ਸੋਰਸ ਆਫ ਫੰਡਸ ਕੀ ਹੁੰਦਾ ਆ ਕਈ ਬਹੁਤ ਸਾਰੀਆਂ ਕੰਟਰੀਜ਼ ਜਿਹੜੀਆਂ ਹੁੰਦੀਆਂ ਆ ਉਹ ਕਹਿੰਦੀਆਂ ਸਾਨੂੰ ਸੋਰਸ ਆਫ ਫੰਡਸ ਦਿਖਾਓ ਜਿਹੜਾ ਤੁਹਾਡੇ ਅਕਾਊਂਟ ਦੇ ਵਿੱਚ 15-20 ਲੱਖ ਰੁਪਏ ਆਇਆ ਉਹ ਆਇਆ ਕਿੱਥੋਂ ਸਾਨੂੰ ਉਹਦਾ ਐਗਜ਼ੈਕਟ ਰੀਜ਼ਨ ਦੋ ਜਿੱਦਾਂ ਮੰਨ ਲਓ ਤੁਸੀਂ ਕੋਈ ਜੋਬ ਕਰਦੇ ਤੁਸੀਂ ਜੋਬ ਨਹੀਂ ਕਰਦੇ ਜਿਹੜਾ ਤੁਹਾਨੂੰ ਸਪான்ਸਰ ਕਰ ਰਿਹਾ ਤੁਹਾਡੇ ਫਾਦਰ ਮਾਦਰ ਕੋਈ ਤੁਹਾਨੂੰ ਸਪான்ਸਰ ਕਰ ਰਿਹਾ ਜੋਬ ਕਰਦੇ ਆ ਉਹਨਾਂ ਕੋਲ ਤਿੰਨ ਤਿੰਨ ਮਹੀਨੇ ਦੀਆਂ ਲਾਸਟ ਸੈਲਰੀ ਸਲਿੱਪਸ ਹੋਣੇ ਚਾਹੀਦੀਆਂ ਹਨ ਉਹਨਾਂ ਦੇ ਅਕਾਊਂਟ ਦੇ ਵਿੱਚ ਜਿਹੜੀ ਸਟੇਟਮੈਂਟ ਹੈ ਉਸ ਦੇ ਵਿੱਚ ਸੈਲਰੀ ਰਿਫਲੈਕਟ ਹੋਣੀ ਚਾਹੀਦੀ ਹੈ ਕਿ ਸੈਲਰੀ ਹਰ ਮਹੀਨੇ ਉਹਨਾਂ ਦੇ ਅਕਾਊਂਟ ਦੇ ਵਿੱਚ ਆ ਰਹੀ ਸੀ ਜਾਂ ਤੁਹਾਡਾ ਕੋਈ ਬਿਜ਼ਨਸ ਹੈ ਤਾਂ ਕੋਈ ਕਰੰਟ ਅਕਾਊਂਟ ਕਰੰਟ ਅਕਾਊਂਟ ਦੀ ਸਟੇਟਮੈਂਟ ਕੇ ਪਤਾ ਲੱਗ ਰਿਹਾ ਤੁਹਾਡੇ ਕਰੰਟ ਅਕਾਊਂਟ ਜਾਨਕਿ ਬਿਜ਼ਨਸ ਦੇ ਵਿੱਚ ਇਨਕਮ ਆ ਰਹੀ ਹੈ ਤੁਹਾਨੂੰ ਪੈਸਾ ਜਿਹੜਾ ਆ ਕਿੱਥੋਂ ਰ ਸੋਰਸ ਆਫ ਫੰਡ ਸੇ ਹੁੰਦਾ ਆ ਮੈਂ ਟਾਈਟਲ ਪਾਇਆ ਸੀ ਵਿਦਾਊਟ ਸੋਰਸ ਆਫ ਫੰਡ ਬਿਲਕੁਲ ਨੀਦਰਲੈਂਡ ਸਟੱਡੀ ਵੀਜ਼ਾ ਵਾਸਤੇ ਕੋਈ ਸੋਰਸ ਆਫ ਫੰਡਸ ਜਾਨੀ ਕਿ ਪੈਸਾ ਆਇਆ ਕਿੱਥੋਂ ਤੁਸੀਂ ਚਾਹੇ ਫੜਕੇ ਪਵਾਇਆ ਚਾਹੇ ਗੇ ਤੋਂ ਲੈ ਕੇ ਪਵਾਇਆ ਵੀ ਆਇਆ ਕਿੱਥੋਂ ਇਹ ਸਭ ਪੀਜਾ ਦੱਸਣ ਦੀ ਕੋਈ ਲੋੜ ਨਹੀਂ ਹੈ ਸਭ ਤੋਂ ਵੱਡਾ ਪੋਜ਼ਿਟਿਵ ਪੁਆਇੰਟ ਇਹੀ ਆ ਨੀਦਰਲੈਂਡ ਸਟੱਡੀ ਵੀਜ਼ਾ ਅਪਲਾਈ ਕਰੋਗੇ ਸੋਰਸ ਆਫ ਫੰਡਸ ਤੁਹਾਨੂੰ ਦਿਖਾਉਣ ਦੀ ਲੋੜ ਨਹੀਂ ਹੈ ਸਭ ਤੋਂ ਵੱਧ ਜਿਹੜੇ ਰਿਫਿਊਜ਼ਲਸ ਆਉਂਦੀਆਂ ਆ 100 ਦੇ ਵਿੱਚੋਂ ਜੇ ਆਪਾਂ ਲਗਾਈ ਹੈ ਵੀ 80% ਜੇ ਸ਼ੈਨਗਨ ਦੇ ਰਿਫਿਊਜ਼ਲਸ ਆਉਂਦੀਆਂ ਆ ਉਹਨਾਂ ਦੇ ਵਿੱਚ ਸੋਰਸ ਆਫ ਫੰਡਸ ਨੂੰ ਲੈ ਕੇ ਹੀ ਰਿਫਿਊਜ਼ਲਸ ਆਉਂਦੀਆਂ ਆ ਕਿ ਸੋਰਸ ਆਫ ਫੰਡਸ ਪੈਸਾ ਆ ਕਿੱਥੋਂ ਰਿਹਾ ਤੁਸੀਂ ਉਸ ਨੂੰ ਕਲੀਅਰ ਨਹੀਂ ਕਰ ਪਾ ਰਹੇ ਐਂਬੈਸੀ ਉਹ ਚੀਜ਼ ਨੂੰ ਲੈ ਕੇ ਡਾਊਟਫੁਲ ਰਹਿੰਦੀ ਆ ਤੇ ਤੁਹਾਡਾ ਵੀਜ਼ਾ ਰਿਜੈਕਸ਼ਨ ਆ ਜਾਂਦੀ ਆ ਬਟ ਨੀਦਰਲੈਂਡ ਦੇ ਵਿੱਚ ਪੋਜ਼ਿਟਿਵ ਪੁਆਇੰਟ ਕੀ ਆ ਤੁਹਾਨੂੰ ਸੋਰਸ ਆਫ ਫੰਡਸ ਦਿਖਾਉਣ ਦੀ ਕੋਈ ਲੋੜ ਨਹੀਂ ਆ ਸਿਰਫ ਤੁਸੀਂ ਆਪਣੇ ਅਕਾਊਂਟ ਦੇ ਵਿੱਚ 12 ਮਹੀਨੇ ਜਾਂ ਕਿ ਇੱਕ ਸਾਲ ਦਾ ਜਿਹੜਾ ਮਿਨੀਮਮ ਬੈਲੈਂਸ ਆ 933 ਯੂਰੋ ਮਹੀਨੇ ਦੇ 12 ਨਾਲ ਮਲਟੀਪਲਾਈ ਕਰ ਲਿਓ ਜਿੰਨੇ ਯੂਰੋ ਆਏ ਉਹਨੂੰ 85 ਨਾਲ ਜਾਂ 86 ਨਾਲ ਜੋ INR ਦੇ ਅਕੋਰਡਿੰਗ ਰੇਟ ਚੱਲਦਾ ਆ ਉਹਨੂੰ ਮਲਟੀਪਲ ਮਲਟੀਪਲਾਈ ਕਰਕੇ ਤੁਸੀਂ ਉਹਨੇ ਫੰਡ ਸ਼ੋਅ ਕਰਨੇ ਆ ਇੱਕ ਪੋਜ਼ਿਟਿਵ ਪੁਆਇੰਟ ਇਹ ਸੀ ਕਿ ਸ਼ੋਰਸੋ ਫਰਸੈਂਟ ਦਿਖਾਉਣ ਦੀ ਲੋੜ ਨਹੀਂ ਪੈਂਦੀ ਦੂਜਾ ਦੇ ਸੈਕੰਡ ਮੇਜਰ ਰੀਜ਼ਨ ਇਹ ਆ ਵੀਜ਼ਾ ਅਪਲਾਈ ਕਰਨ ਦਾ ਨੀਦਰਲੈਂਡ ਦੇ ਵਿੱਚ ਜੇ ਤੁਸੀਂ ਆਪਣੇ ਫੰਡ ਆਪਣੇ ਅਕਾਊਂਟ ਦੇ ਵਿੱਚ ਸ਼ੋਅ ਕਰਵਾਉਣਾ ਚਾਹੋ ਤਾਂ ਵੀ ਕਰਵਾ ਸਕਦੇ ਹੋ ਜਾਂ ਆਪਸ਼ਨ ਕੀ ਹੈ ਤੁਸੀਂ ਆਪਣੇ ਜਿਹੜੇ ਫੰਡ ਹੈ ਡਾਇਰੈਕਟ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰ ਸਕਦੇ ਹੋ ਜਿੱਦਾਂ 933 ਯੂਰੋ ਹੈ 933 ਨੂੰ 12 ਨਾਲ ਮਲਟੀਪਲਾਈ ਕਰਕੇ ਜਿੰਨੇ ਯੂਰੋ ਬਣੇ ਜਿਹੜੀ ਤੁਹਾਡੀ ਯੂਨੀਵਰਸਿਟੀ ਜੇ ਐਡਮਿਸ਼ਨ ਹੋਈ ਹੈ ਉਹਨਾਂ ਦੇ ਅਕਾਊਂਟ ਦੇ ਵਿੱਚ ਟਰਾਂਸਫਰ ਕਰਵਾ ਸਕਦੇ ਹੋ ਇੱਕ ਤਰ੍ਹਾਂ ਦਾ ਜਿੱਦਾਂ ਆਪਾਂ ਕਹਿ ਦਈਏ ਕੈਨੇਡਾ ਦੇ ਵਿੱਚ ਜੀਏਸੀ ਜਰਮਨੀ ਦੇ ਵਿੱਚ ਬਲੌਕ ਅਕਾਊਂਟ ਉਦਾਂ ਤੁਹਾਡਾ ਜਿਹੜਾ ਪੈਸਾ ਆ ਯੂਨੀਵਰਸਿਟੀ ਅਕਾਊਂਟ ਦੇ ਵਿੱਚ ਚਲਾ ਜਾਂਦਾ ਹੈ ਉਹ ਇੱਕ ਤਰ੍ਹਾਂ ਦਾ ਸੇਫ ਹੋ ਜਾਂਦਾ ਹੈ ਵੀਜ਼ਾ ਸਕਸੈਸ ਰੇਟ ਮੇਰੇ ਅਕੋਰਡਿੰਗ ਜ਼ਿਆਦਾ ਆ ਜਾਂਦਾ ਹੈ ਜੇ ਤੁਸੀਂ ਆਪਣਾ ਪੈਸਾ ਯੂਨੀਵਰਸਿਟੀ ਨੂੰ ਹੀ ਟਰਾਂਸਫਰ ਕਰ ਦਿੰਦੇ ਹੋ ਫੰਡਿੰਗ ਵਾਸਤੇ ਜਿੰਨੇ ਪੈਸੇ ਭੰਦ ਤੁਸੀਂ ਯੂਨੀਵਰਸਿਟੀ ਅਕਾਊਂਟ ਚ ਪਾਉਂਗੇ ਯੂਨੀਵਰਸਿਟੀ ਆਪਣੀ ਜਿਹੜੀ ਸਟੇਟਮੈਂਟ ਆ ਉਹ ਤੁਹਾਡੇ ਫੰਡਾਂ ਦੇ ਵਿੱਚ ਲਗਾਓਗੇ ਕਿ ਬੱਚੇ ਨੇ ਸਟੂਡੈਂਟ ਨੇ ਸਾਨੂੰ ਪੈਸੇ ਟਰਾਂਸਫਰ ਕਰ ਦਿੱਤੇ ਆਪਣੇ ਫੰਡ ਨੇ ਲਿਵਿੰਗ ਐਕਸਪੈਂਸਸ ਲਈ 933 ਦੇ ਹਿਸਾਬ ਨਾਲ 12 ਮਹੀਨਿਆਂ ਦੇ 1 ਸਾਲ ਦੇ ਫੰਡ ਸਾਨੂੰ ਟਰਾਂਸਫਰ ਕਰ ਦਿੱਤੇ ਸੋ ਇਹ ਸੀਗਾ ਦੂਜਾ ਜਰੀਆ ਪਹਿਲਾ ਜਰੀਆ ਤੁਸੀਂ ਆਪਣੇ ਅਕਾਊਂਟ ਦੇ ਵਿੱਚ ਬੈਲੈਂਸ ਦਿਖਾ ਸਕਦੇ ਹੋ ਦੂਜਾ ਤੁਸੀਂ ਆਪਣੀ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰ ਸਕਦੇ ਹੋ ਆਪਣੇ ਲੀਵਿੰਗ ਐਕਸਪੈਂਸਸ ਦਿਖਾਉਣ ਵਾਸਤੇ ਐਮਬੈਸੀ ਨੂੰ ਕਿ ਸਾਡੇ ਜਿਹੜੇ ਫੰਡ ਐ ਸੀ ਆਲਰੇਡੀ ਯੂਨੀਵਰਸਿਟੀ ਨੂੰ ਟ੍ਰਾਂਸਫਰ ਕਰਤੇ ਆ ਅਗਲਾ ਜੇ ਤੁਸੀਂ ਯੂਨੀਵਰਸਿਟੀ 'ਚ ਵੀ ਨਹੀਂ ਦਿਖਾਣੇ ਆਪਣੇ ਅਕਾਊਂਟ 'ਚ ਵੀ ਨਹੀਂ ਦਿਖਾਣੇ ਤੁਸੀਂ ਕਿਸੇ ਕੰਪਨੀ ਜਿਹੜੀ ਨੀਦਰਲੈਂਡ ਦੇ ਵਿੱਚ ਕੰਪਨੀ ਚੱਲ ਰਹੀ ਆ ਜਾਕ ਤੁਹਾਡਾ ਫਰੈਂਡ ਰਿਲੇਟਿਵ ਨੀਦਰਲੈਂਡਸ ਦੇ ਵਿੱਚ ਰਹਿ ਰਿਹਾ ਆ ਉਹ ਵੀ ਤੁਹਾਡੇ ਬਿਹਾਫ ਤੇ ਆਪਣੇ ਫੰਡ ਸ਼ੋਅ ਕਰ ਸਕਦੇ ਆ ਇੰਨਾ ਜ਼ਿਆਦਾ ਜਿਹੜਾ ਸਟੂਡੈਂਟ ਨੂੰ ਪ੍ਰੀਫਰੈਂਸ ਫੰਡਾਂ ਦੇ ਮਾਮਲੇ 'ਚ ਕੋਈ ਕੰਟਰੀ ਨਹੀਂ ਦਿੰਦੀ ਜਿਵੇਂ ਨੀਦਰਲੈਂਡਸ ਦੇ ਰਹੀ ਆ ਕਿੰਨੇ অপਸ਼ਨ ਤੁਹਾਨੂੰ ਫੰਡ ਸ਼ੋ ਕਰਾਉਣ ਦੇ ਦੇ ਰਹੀ ਆ ਆਪਣੇ ਅਕਾਊਂਟ 'ਚ ਯੂਨੀਵਰਸਿਟੀ ਦੇ ਅਕਾਊਂਟ 'ਚ ਜਾਂ ਤੁਹਾਡਾ ਰਿਲੇਟਿਵ ਫਰੈਂਡ ਮੰਮੀ ਡੈਡੀ ਕੋਈ ਵੀ ਤੁਹਾਡਾ ਨੀਦਰਲੈਂਡ ਰਹਿ ਰਿਹਾ ਆ ਉਹਨਾਂ ਦੇ ਅਕਾਊਂਟ ਦੇ ਵਿੱਚ ਵੀ ਤੁਸੀਂ ਆਪਣਾ ਪੈਸਾ ਜਿਹੜਾ ਆ 12 ਮਹੀਨੇ ਦਾ ਰੱਖ ਕੇ ਸ਼ੋ ਕਰਵਾ ਕੇ ਉਹਨਾਂ ਦੀ ਸਟੇਟਮੈਂਟ ਨਾਲ ਲਗਾ ਸਕਦੇ ਹੋ ਇਹ ਆ ਸਭ ਤੋਂ ਵੱਡੇ ਪੁਆਇੰਟ ਨੀਦਰਲੈਂਡ ਸਟੱਡੀ ਵੀਜ਼ਾ ਕਿਉਂ ਲੈਣਾ ਚਾਹੀਦਾ ਆ ਕਿਉਂ ਅਪਲਾਈ ਕਰਨਾ ਚਾਹੀਦਾ ਆ ਰਿਕੁਆਇਰਮੈਂਟ ਕੀ ਆ ਲਾਸਟ ਵੀਡੀਓ ਚ ਮੈਂ ਦੱਸਿਆ ਸੀਗਾ ਦੁਬਾਰਾ ਫੇਰ ਇੱਕ ਵਾਰੀ ਤੁਹਾਨੂੰ ਰਿਪੀਟ ਕਰ ਦਿੰਨਾ ਆ ਪਲੱਸ 2 ਮਿਨੀਮਮ ਹੋਣੀ ਚਾਹੀਦੀ ਆ 6 ਬੈਂਡ ਹੋਣੇ ਚਾਹੀਦੇ ਆ 55 ਰ 60% ਹੋਣੇ ਚਾਹੀਦੇ ਆ ਜੇ ਬੈਚਲਰਸ ਡਿਗਰੀ ਆ 6 ਬੈਂਡ ਹੈਗੇ ਤਾਂ ਵੀ ਐਲੀਜੀਬਲ ਆ 4 ਸਾਲ ਦੀ ਡਿਗਰੀ ਹੋ ਡਿਗਰੀ ਆ ਤੁਹਾਡੇ ਕੋਲ ਤੇ ਤੋਰੀ ਹਾਈਲਾਈਟਸ ਨਹੀਂ ਕੀਤੀ ਤਾਂ ਵੀ ਐਲੀਜੀਬਲ ਹੋ ਮਾਸਟਰਸ ਡਿਗਰੀ ਕੀਤੀ ਹੈ ਤਾਂ ਵੀ ਐਲੀਜੀਬਲ ਹੋ 8 ਤੋਂ 10000 12000 ਯੂਰੋ ਸਾਲ ਦੀ ਫੀਸ ਆਉਂਦੀ ਹੈ ਸ਼ੋਰਸ ਆਫ ਫੰਡਸ ਦਿਖਾਉਣ ਦੀ ਕੋਈ ਜ਼ਰੂਰਤ ਨਹੀਂ ਐ ਸੇਮ ਜਿੱਦਾਂ ਸਵੇਡਨ ਦੇ ਵਿੱਚ ਪੈਸਾ ਆ ਕਿੱਥੋਂ ਰਿਹਾ ਸੋਰਸ ਆਫ ਫੰਡਸ ਨਹੀਂ ਦਿਖਾਉਣਾ ਪੈਂਦਾ ਐਸੇ ਕਰਕੇ ਸਵੇਡਨ ਦੇ ਸਕਸੈਸ ਰੇਟ ਵੀਜ਼ਾ ਦੇ ਜ਼ਿਆਦਾ ਆਉਂਦੇ ਆ ਬਟ ਉਥੇ ਇੱਕੋ ਹੀ ਇੱਕ ਜਰੀਆ ਤੁਸੀਂ ਆਪਣੇ ਅਕਾਊਂਟ 'ਚ ਬੈਲੈਂਸ ਦਿਖਾਉਣਾ ਆ ਬਟ ਨੀਦਰਲੈਂਡਸ ਦੇ ਵਿੱਚ ਤੁਸੀਂ ਯੂਨੀਵਰਸਿਟੀ ਅਕਾਊਂਟ ਟ੍ਰਾਂਸਫਰ ਕਰ ਸਕਦੇ ਹੋ ਆਪਣੇ ਅਕਾਊਂਟ 'ਚ ਦਿਖਾ ਸਕਦੇ ਹੋ ਕੋਈ ਥਰਡ ਪਰਸਨ ਜਿਹੜਾ ਨੀਦਰਲੈਂਡ ਦੇ ਵਿੱਚ ਰਹਿ ਰਿਹਾ ਹੈ ਤੁਸੀਂ ਉਸਦੇ ਅਕਾਊਂਟ ਦੇ ਵਿੱਚ ਵੀ ਆਪਣਾ ਬੈਲੈਂਸ ਸ਼ੋਅ ਕਰਵਾ ਸਕਦੇ ਹੋ ਇਹ ਸੀਗੇ ਪੋਜ਼ਿਟਿਵ ਪੁਆਇੰਟਸ ਨੀਦਰਲੈਂਡ ਵੀਜ਼ਾ ਲੈਣ ਦੇ ਸਕਸੈਸ ਰੇਟ ਬਹੁਤ ਵਧੀਆ ਆ ਤਵਾਡੇ ਬਹਾਫ ਤੇ ਤੁਹਾਡੀ ਯੂਨੀਵਰਸਿਟੀ ਤੁਹਾਡਾ ਵੀਜ਼ਾ ਅਪਲਾਈ ਕਰਦੀ ਹੈ ਐਮ ਵੀ ਵੀ ਅਪਲਾਈ ਕਰਦੀ ਹੈ ਰੈਜ਼ੀਡੈਂਸ ਪਰਮਿਟ ਅਪਲਾਈ ਕਰਦੀ ਹੈ ਤੁਹਾਨੂੰ ਕਿਤੇ ਖੱਜਲ ਖਰਾਬ ਹੋਣ ਦੀ ਲੋੜ ਨਹੀਂ ਹੈ ਆਪਣਾ ਵੀਜ਼ਾ ਅਪਲਾਈ ਕਰਨਾ ਆ ਕਰ ਸਕਦੇ ਹੋ ਯੂਨੀਵਰਸਿਟੀ ਹੈਡ ਇੱਕ ਲੈਂਦੀ ਆ ਪੂਰਾ ਵੀਜ਼ਾ ਤੁਹਾਡਾ ਜਿਹੜਾ ਹੈਗਾ ਆ ਅਪਰੂਵ ਕਰਾ ਕੇ ਦਿੰਦੀ ਆ ਸੋ ਬੈਸਟ ਹੈ ਮੇਰੇ ਅਕੋਰਡਿੰਗ ਵਧੀਆ ਕੰਟਰੀ ਆ ਗੂਗਲ ਸਰਚ ਵੀ ਕਰ ਸਕਦੇ ਹੋ ਸੋ ਕੁਝ ਯੂਨੀਵਰਸਿਟੀਆਂ ਹੈਗੀਆਂ ਨੇ ਜਿਨ੍ਹਾਂ ਦੇ ਨਾਲ ਮੈਂ ਕੰਮ ਕਰ ਰਿਹਾ ਜਿਨ੍ਹਾਂ ਨਾਲ ਮੇਰੀ ਗੱਲ ਹੋਈ ਹੈ ਜਿਹਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਆ ਉਹ ਯੂਨੀਵਰਸਿਟੀਆਂ ਤੁਹਾਨੂੰ ਮੈਂ ਦੱਸ ਦਿੰਨਾ ਆ ਸਕਸੈਸਫੁਲ ਵੀ ਯੂਨੀਵਰਸਿਟੀਆਂ ਸੇ ਜ਼ਿਆਦਾ ਹੈ ਮੈਂ ਉਹਨਾਂ ਦੀ ਲਿਸਟ ਕੱਢੀ ਹੋਈ ਹੈ ਮੈਂ ਤੁਹਾਨੂੰ ਦੋ ਚਾਰ ਯੂਨੀਵਰਸਿਟੀਆਂ ਦੇ ਨਾਮ ਦੱਸ ਦਿੰਦਾ ਹੈ ਤੁਸੀਂ ਸਰਚ ਕਰ ਸਕਦੇ ਹੋ ਉਹਨਾਂ ਬਾਰੇ ਤੇ ਜਿਹੜਾ ਤੁਸੀਂ ਹੈਗਾ ਇਹ ਆਪਣੇ ਫਿਊਚਰ ਉਹਨਾਂ ਯੂਨੀਵਰਸਿਟੀਆਂ ਦੇ ਵਿੱਚ ਅਪਲਾਈ ਕਰ ਸਕਦੇ ਹੋ ਤੁਸੀਂ ਉੱਥੋਂ ਯੂਨੀਵਰਸਿਟੀ ਦੇ ਨਾਲ ਆਫਰ ਲੈਟਰ ਵਗੈਰਾ ਜੇਕ ਲੈਣਾ ਹੈ ਮੇਰੀ ਹੈਲਪ ਚਾਹੀਦੀ ਹੈ ਮੈਂ ਵੀ ਤੁਹਾਡੀ ਬਿਲਕੁਲ ਹੈਲਪ ਕਰੂੰਗਾ ਤਾਂ ਯੂਨੀਵਰਸਿਟੀਆਂ ਕਿਹੜੀਆਂ ਸਭ ਤੋਂ ਪਹਿਲਾਂ ਮੈਂ ਗੱਲ ਕਰ ਲੈਣਾ ਯੂਨੀਵਰਸਿਟੀ ਆਫ 20 ਬਹੁਤ ਵਧੀਆ ਯੂਨੀਵਰਸਿਟੀ ਹੈ ਟਿਬਾਗ ਯੂਨੀਵਰਸਿਟੀ ਹੈ ਦਾ ਹੈਗਿਓ ਯੂਨੀਵਰਸਿਟੀ ਯੂਨੀਵਰਸਿਟੀ ਗਰੁੱਪ ਆਫ ਇੰਟਰਨੈਸ਼ਨਲ ਸੈਂਟਰ ਇਹ ਜਿਹੜੇ 6 ਯੂਨੀਵਰਸਿਟੀਆਂ ਹੈਗੀਆਂ ਬਹੁਤ ਵਧੀਆ ਯੂਨੀਵਰਸਿਟੀਆਂ ਆ ਤੁਸੀਂ ਆਪਣੀ ਪ੍ਰੋਫਾਈਲ ਅਪਲਾਈ ਕਰਨੀ ਹੈ ਵੀਜ਼ਾ ਵਾਸਤੇ ਅਪਲਾਈ ਕਰਨੀ ਹੈ ਆਫਰ ਲੈਟਰ ਵਾਸਤੇ ਅਪਲਾਈ ਕਰਨੀ ਹੈ ਤੁਸੀਂ ਇਹਨਾਂ ਯੂਨੀਵਰਸਿਟੀਆਂ ਨਾਲ ਕਰ ਸਕਦੇ ਹੋ ਅਫੋਰਡੇਬਲ ਫੀਸਿਸ ਹੈ ਮੈਂ ਜੇ ਸਰਚ ਕਰਦਾ ਹਾਂ ਮੈਂ ਉਹ ਯੂਨੀਵਰਸਿਟੀਆਂ ਸਰਚ ਕਰਦਾ ਹਾਂ ਜਿੱਥੇ ਫੀਸਿਸ ਅਫੋਰਡੇਬਲ ਹੋਣ ਨਾ ਕਿ 20 25,000 ਯੂਰੋ ਫੀਸ ਹੋਵੇ ਸਾਲ ਦੀ ਇਹਨਾਂ ਦੇ ਵਿੱਚ 8 10 12 ਹਜ਼ਾਰ ਯੂਰੋ ਜਿਹੜੀ ਫੀਸ ਆ ਉਹ ਸਾਲ ਦੀ ਆਣੀ ਹੈ ਯੂਨੀਵਰਸਿਟੀ ਰੈਂਕਿੰਗ ਵਧੀਆ ਆ ਤੁਸੀਂ ਸਰਚ ਕਰ ਸਕਦੇ ਹੋ ਨਾਮ ਮੈਂ ਤੁਹਾਨੂੰ ਦੱਸਦੇ ਆ ਵੀਜ਼ਾ ਸਕਸੈਸ ਰੇਟ ਵਧੀਆ ਹੈ ਤੁਹਾਡੇ ਪੱਭਾਪ ਤੇ ਤੁਹਾਡਾ ਵੀਜ਼ਾ ਅਪਲਾਈ ਕਰਨ ਗਿਆ ਤੇ ਇਹਨਾਂ ਦੇ ਵਿੱਚ ਆਪਾਂ ਜੇ ਆਪਾਂ ਡਾਕੂਮੈਂਟੇਸ਼ਨ ਭੇਜ ਦਿਆਂ ਹਫਤੇ 10 ਦਿਨ ਦੇ ਵਿੱਚ ਆਫਰ ਲੈਟਰ ਵੀ ਆਪਾਂ ਨੂੰ ਈਜ਼ੀਲੀ ਮਿਲ ਜਾਂਦਾ ਹੈ ਪ੍ਰੋਸੈਸ ਇੱਕ ਵਾਰੀ ਮੋਟਾ ਮੋਟਾ ਆਫਰ ਲੈਟਰ ਟਿਊਸ਼ਨ ਫੀਸ ਫੰਡਸ ਵਿਦਾਊਟ ਸੋਰਸ ਆਫ ਫੰਡਸ ਫੌਂਡਸ ਟੂ ਸੋਰਸ ਆਫ ਫੰਡਸ ਤੁਸੀਂ ਕੋਈ ਨਹੀਂ ਦਿਖਾਉਣਾ 933 ਯੂਰੋ ਮਹੀਨੇ ਦੇ ਦਿਖਾਣੇ ਆ ਸਾਲਲੇ ਤੁਹਾਨੂੰ ਦਿਖਾਣੇ ਪੈਣਗੇ ਲਿਵਿੰਗ ਐਕਸਪੈਂਸਸ ਉਸ ਤੋਂ ਬਾਅਦ ਐਮਬੈਸੀ ਫੀਸ ਐਮਬੈਸੀ ਫੀਸ ਜਿਹੜੀ ਹੈਗੀ ਯ ਕਰਦੀ ਹੈ ਤੁਸੀਂ ਯੂਨੀਵਰਸਿਟੀ ਨੂੰ ਪੇ ਕਰਨੀ ਆ ਤੁਹਾਡਾ ਵੀਜ਼ਾ ਐਮਬੈਸੀ ਆਪਣੇ ਬਹਾਪਤੇ ਅਪਲਾਈ ਕਰੂਗੀ ਵੀਜ਼ਾ ਆ ਜਾਂਦਾ ਹੈ ਐਮਬੀਬੀ ਆ ਜਾਂਦਾ ਹੈ ਪਾਸਪੋਰਟ ਤੇ ਸਟicker ਲੱਗ ਕੇ ਜਾਂਦਾ ਹੈ ਤੁਸੀਂ ਨੀਦਰਲੈਂਡ ਜਾਣਾ ਹੈ ਆਪਣਾ ਰੈਜ਼ੀਡੈਂਸ ਪਰਮਿਟ ਅਪਲਾਈ ਕਰਨਾ ਹੈ ਤੁਹਾਡਾ ਜਿਹੜਾ ਕਾਰਡ ਹੈ ਉਹ ਬਣ ਕੇ ਆ ਜਾਂਦਾ ਹੈ ਅੱਜ ਦੀ ਵੀਡੀਓ ਦਾ ਜਿਹੜਾ ਮੋਟਿਵ ਸੀ ਸੋਰਸ ਆਫ ਫੰਡਸ ਨੂੰ ਲੈ ਕੇ ਸੀ ਸੋਰਸ ਆਫ ਫੰਡਸ ਤੁਹਾਡਾ ਪੈਸਾ ਆ ਕਿੱਥੋਂ ਰਿਹਾ ਹੈ ਇਹ ਮੇਰੇ ਤੁਹਾਨੂੰ ਜਿਹੜੀ ਚੀਜ਼ ਹੈ ਕਲੀਅਰ ਹੋ ਗਈ ਹੋਊਗੀ ਨੀਦਰਲੈਂਡ ਸਟੱਡੀ ਵੀਜ਼ਾ ਬਾਰੇ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਹੈ ਤੁਸੀਂ ਮੈਨੂੰ ਮੇਰੇ WhatsApp ਜਾਂ direct call ਜੇ ਮੈਂ WhatsApp ਤੇ ਰਿਪਲਾਈ ਨਹੀਂ ਕਰਦਾ ਮੈਨੂੰ direct call ਕਰ ਸਕਦੇ ਹੋ ਮੈਨੂੰ Instagram Facebook ਤੇ ਮੈਸੇਜ ਕਰ ਸਕਦੇ ਹੋ ਨੀਦਰਲੈਂਡ ਸਟੱਡੀ ਵੀਜ਼ਾ ਵਾਸਤੇ ਆਫਰ ਲੈਟਰਸ ਵਾਸਤੇ ਐਡਮਿਸ਼ਨ ਵਾਸਤੇ ਕਿਸੇ ਪ੍ਰਕਾਰ ਦੀ ਹੈਲਪ ਚਾਹੀਦੀ ਹੈ ਤੁਹਾਡੀ ਜਰੂਰ ਹੈਲਪ ਕਰੀ ਜਾਊਗੀ ਸਤੰਬਰ ਤੇ ਫ फेब्रुवारी ਦਾ ਇਨਟੇਕ ਅਵੇਲੇਬਲ ਹੈਗਾ ਯਾ ਤੁਸੀਂ ਅਪਲਾਈ ਕਰ ਸਕਦੇ ਹੋ ਵਧੀਆ ਕੰਟਰੀ ਹੈ ਸਕੋਪ ਵਧੀਆ ਹੈ ਫਿਊਚਰ ਤੁਹਾਡਾ ਬ੍ਰਾਈਟ ਹੋ ਜਾਏਗਾ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਉਮੀਦ ਹੈ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸასი ਸ਼ਾਲ